ਸਤ ਸ੍ਰੀ ਅਕਾਲ ਦੋਸਤੋ ਮੈਂ ਦਿਪਜੋਤ ਇੱਕ ਵਾਰ ਫੇਰ ਮੂੰ ਆਈ ਬਾਤ ਨਾਲ ਰਹਿੰਦੀ ਆ ਲੈ ਕੇ ਹਾਜ਼ਰ ਆ ਅੱਜ ਆਪਾਂ ਗੱਲ ਕਰਾਂਗੇ ਇੱਕ ਹੋਰ ਨਵੀਂ ਕਿਤਾਬ ਦੀ ਜਿਸ ਦਾ ਨਾਮ ਹੈ ਰਿਵਰਸ ਫਾਇਰ ਖਾਲਿਸਤਾਨ ਸਟਰਗਲ ਜਿਸ ਦੇ ਲੇਖਕ ਨੇ ਅੰਗਰੇਜ਼ੀ ਦੇ ਮਸ਼ਹੂਰ ਪੱਤਰਕਾਰ ਚਕਤਾਰ ਸਿੰਘ ਇਸ ਕਿਤਾਬ ਵਿੱਚ ਭਾਵੇਂ ਪੰਜਾਬ ਨਾਲ ਸੰਬੰਧਿਤ ਬਹੁਤ ਸਾਰੇ ਪਹਿਲੂਆਂ ਨੂੰ ਛੂਹਾ ਗਿਆ ਹੈ ਪਰ ਇੱਕ ਖੁਲਾਸਾ ਜੋ ਹਰ ਇੱਕ ਪੰਜਾਬੀ ਖਾਸ ਤੌਰ ਤੇ ਸਿੱਖਾਂ ਨੂੰ ਹੈਰਾਨ ਕਰਨ ਵਾਲਾ ਹੈ ਉਹ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੀ ਰੂਪਰੇਖਾ ਕਿਸੇ ਹੋਰ ਨੇ ਨਹੀਂ ਬਲਕਿ ਤਮਦਮੀ ਟਕਸਾਲ ਦੇ ਲੋਕਾਂ ਨੇ ਤਿਆਰ ਕੀਤੀ ਸੀ ਪਰ ਕਿਸੇ ਵੀ ਜਾਂਚ ਵਿੱਚ ਇਹਨਾਂ ਲੋਕਾਂ ਦਾ ਨਾਮ ਨਹੀਂ ਆਇਆ ਜਗਤਾਰ ਸਿੰਘ ਇੱਕ ਤਜਰਬੇਕਾਰ ਪੱਤਰਕਾਰ ਨੇ ਤੇ ਉਹ ਪੂਰੀ ਉਮਰ ਪੰਜਾਬ ਦੇ ਵੱਖ-ਵੱਖ ਸਥਾਨਾਂ ਤੇ ਪੱਤਰਕਾਰੀ ਦਾ ਕਾਰਜ ਨੁਬੋਂਦੇ ਆਏ ਨੇ। ਇਹੀ ਕਾਰਨ ਹੈ ਕਿ ਉਹਨਾਂ ਨੂੰ ਪੰਜਾਬ ਵਿਚਲੀਆਂ ਘਟਨਾਵਾਂ ਦੀਆਂ ਅੰਦਰੂਨੀ ਪਰਤਾਂ ਦਾ ਬਖੂਬੀ ਪਤਾ ਹੈ। ਇਸ ਕਿਤਾਬ ਵਿੱਚ ਦਾਵਾ ਕੀਤਾ ਗਿਆ ਹੈ ਕਿ ਆਮ ਤੌਰ ਤੇ ਲੋਕਾਂ ਨੂੰ ਇਸ ਗੱਲ ਦਾ ਤਾਂ ਪਤਾ ਹੈ ਕਿ ਇੰਦਰਾ ਗਾਂਧੀ ਦਾ ਕਤਲ ਉਹਨਾਂ ਦੇ ਦੋ ਬੋਡੀਗਾਰਡਾਂ ਭਾਈ ਬਿਆਨਤ ਸਿੰਘ ਤੇ ਭਾਈ ਸਤਵੰਤ ਸਿੰਘ ਨੇ ਕੀਤਾ ਸੀ ਤੇ ਇਸ ਪਿੱਛੇ ਤੀਜਾ ਵਿਅਕਤੀ ਭਾਈ ਕੇਰ ਸਿੰਘ ਸੀ। ਭਾਈ ਬਿਆਨ ਸਿੰਘ ਦੀ ਮੌਤ ਤਾਂ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਮੌਕੇ ਤੇ ਹੋ ਗਈ ਸੀ ਤੇ ਭਾਈ ਸਤਵੰਤ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। ਭਾਈ ਸਤਵੰਤ ਸਿੰਘ ਤੇ ਭਾਈ ਕੇਰ ਸਿੰਘ ਨੂੰ ਬਾਅਦ ਵਿੱਚ ਫਾਂਸੀ ਦੇ ਦਿੱਤੀ ਗਈ। ਪਰ ਕੀ ਤੁਹਾਨੂੰ ਪਤਾ ਹੈ ਕਿ ਇੰਦਰਾ ਗਾਂਧੀ ਦੇ ਕਤਲ ਦੀ ਅਸਲ ਰੂਪਰੇਖਾ ਦਮਦਮੀ ਟਕਸਾਲ ਦੇ ਲੋਕਾਂ ਨੇ ਖੜੀ ਸੀ। ਸਾਕਾ ਨੀਲਾ ਤਾਰਾ ਦੀ ਕਾਰਵਾਈ ਤੋਂ ਬਾਅਦ ਹਰ ਸਿੱਖ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਸੀ ਤੇ ਗਰਮਖਿਆਲੀ ਸਿੱਖ ਜਥੇਬੰਦੀਆਂ ਇਸ ਕਾਰਵਾਈ ਦਾ ਬਦਲਾ ਲੈਣਾ ਚਾਹੁੰਦੀਆਂ ਸੀ ਇਸ ਲਈ ਦਮਦਮੀ ਟਕਸਾਲ ਦੇ ਲੋਕਾਂ ਨੇ ਇੰਦਰਾ ਗਾਂਧੀ ਤੱਕ ਪਹੁੰਚਣ ਲਈ ਭਾਈ ਬਿਆਨ ਸਿੰਘ ਤੱਕ ਪਹੁੰਚ ਬਣਾਈ ਇਸ ਪਹੁੰਚ ਬਣਾਉਣ ਵਿੱਚ ਭਾਈ ਮਨਬੀਰ ਸਿੰਘ ਚਿਹੜੂ ਦਾ ਵੱਡਾ ਹੱਥ ਸੀ ਉਹਨਾਂ ਦੇ ਨਾਲ ਦੇ ਹੋਰ ਵਿਅਕਤੀ ਇੱਕ ਰੋਪਣ ਨਾਲ ਸੰਬੰਧਤ ਬੈਂਕ ਮੁਲਾਜ਼ਮ ਤੇ ਦਮਦਮੀ ਟਕਸਾਲ ਦਾ ਮੈਂਬਰ ਭਾਈ ਪ੍ਰੇਮ ਸਿੰਘ ਸੀ ਪਾਇ ਬਿਆਨ ਸਿੰਘ ਨੂੰ ਵੀ ਸਾका ਨੀਲਾ ਤਾਰਾ ਕਾਰਵਾਈ ਦਾ ਗਹਿਰਾ ਦੁੱਖ ਸੀ ਪਰ ਉਹ ਇੰਦਰਾ ਦੇ ਕਤਲ ਤੋਂ ਪਹਿਲਾਂ ਆਪਣੀ ਪਤਨੀ ਬਿਮਲ ਕੌਰ ਖਾਲਸਾ ਤੇ ਆਪਣੇ ਤਿੰਨ ਬੱਚਿਆਂ ਨੂੰ ਲੈ ਕੇ ਕਾਫੀ ਚਿੰਤਤ ਸੀ ਕਿਤਾਬ ਵਿੱਚ ਦਾਵਾ ਕੀਤਾ ਗਿਆ ਹੈ ਕਿ ਮਨਬੀਰ ਸਿੰਘ ਚਿਹੜੂ ਨੇ ਬਿਆਨ ਸਿੰਘ ਨੂੰ ਭਰੋਸਾ ਦਿਵਾਇਆ ਸੀ ਕਿ ਜੇਕਰ ਯੋਜਨਾ ਸਿਰੇ ਚੜ ਜਾਂਦੀ ਹੈ ਤਾਂ ਉਹਨਾਂ ਦੇ ਪਰਿਵਾਰ ਦਾ ਪੂਰਾ ਖਿਆਲ ਰੱਖਿਆ ਜਾਵੇਗਾ ਇੰਦਰਾ ਦੇ ਕਤਲ ਤੋਂ ਬਾਅਦ ਮਨਬੀਰ ਸਿੰਘ ਚਿਹੜੂ ਬਾਰੇ ਦੱਸਿਆ ਜਾਂਦਾ ਹੈ ਕਿ ਉਸਨੇ ਬੀਬੀ ਬਿਮਲ ਕੌਰ ਖਾਲਸਾ ਨੂੰ ਮੁਹਾਲੀ ਵਿਖੇ ਪਲਾਟ ਵੀ ਲੈ ਕੇ ਦਿੱਤਾ ਸੀ ਤੇ ਉਸ ਦੀ ਹੋਰ ਆਰਥਿਕ ਸਹਾਇਤਾ ਵੀ ਕੀਤੀ ਸੀ। ਬੈਂਕ ਮੁਲਾਜ਼ਮ ਦੀ ਬਾਅਦ ਵਿੱਚ ਮੌਤ ਹੋ ਗਈ। ਭਾਈ ਮਨਬੀਰ ਸਿੰਘ ਚਿਹੜੂ 1981 ਵਿੱਚ ਦਮਦਮੀ ਟਕਸਾਲ ਵਿੱਚ ਸ਼ਾਮਲ ਹੋਇਆ ਸੀ। ਬਾਅਦ ਵਿੱਚ ਉਹ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਨਿੱਜੀ ਬੋਡੀਗਾਰਡ ਵੀ ਬਣ ਗਿਆ ਸੀ। ਸਾਕਾ ਨੀਲਾਦਾਰਾ ਆਪਰੇਸ਼ਨ ਤੋਂ ਬਾਅਦ ਉਹਨਾਂ ਨੇ ਖਾਲਿਸਤਾਨ ਨਾਲ ਸੰਬੰਧਿਤ ਇੱਕ ਸਿੱਖ ਜਥੇਬੰਦੀ ਵੀ ਕਾਇਮ ਕਰ ਲਈ ਸੀ। ਭਾਈ ਚਿਹੜੂ ਨੂੰ 1986 ਵਿੱਚ ਜਲੰਧਰ ਤੋਂ ਗ੍ਰਿਫਤਾਰ ਕਰ ਲਿਆ ਸੀ। ਪੰਜਾਬ ਵਿੱਚ ਕਈ ਜੇਲਾਂ ਵਿੱਚ ਰੱਖਣ ਤੋਂ ਬਾਅਦ ਫਿਰ ਬਿਹਾਰ ਜੇਲ੍ਹ ਭੇਜ ਦਿੱਤਾ ਗਿਆ ਸੀ ਫਿਰ ਬਿਹਾਰ ਤੋਂ ਦਸੰਬਰ 1987 ਵਿੱਚ ਵਾਪਸ ਲਿਆਉਂਦੇ ਸਮੇਂ ਇਹ ਖਬਰ ਆਈ ਕਿ ਮਨਬੀਰ ਚਿਹੜੂ ਪੁਲਿਸ ਰਿਹਾਸਤ ਤੋਂ ਫਰਾਰ ਹੋ ਗਿਆ ਲੋਕਾਂ ਦਾ ਮੰਨਣਾ ਹੈ ਕਿ ਉਸ ਨੂੰ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ ਕਿਤਾਬ ਦੇ ਲੇਖਕ ਦਾ ਦਾਵਾ ਹੈ ਕਿ ਇੰਦਰਾ ਗਾਂਧੀ ਦੇ ਕਤਲ ਦੇ ਪਿੱਛੇ ਇਹਨਾਂ ਤਿੰਨ ਦਿਮਾਗਾਂ ਦਾ ਕੰਮ ਸੀ ਪਰ ਇਹ ਗੱਲ ਜਾਂਚ ਵਿੱਚ ਕਦੇ ਸਾਹਮਣੇ ਨਹੀਂ ਆਈ ਤੇ ਜਾਂਚ ਏਜੰਸੀਆਂ ਨੇ ਵੀ ਇਸ ਥਿਊਰੀ ਤੇ ਕਦੇ ਕੰਮ ਨਹੀਂ ਕੀਤਾ ਹੁਣ ਹਕੀਕਤ ਕੀ ਹੈ ਇਹ ਜਾਂਚ ਏਜੰਸੀਆਂ ਨੂੰ ਪਤਾ ਹੈ ਜਾਂ ਫਿਰ ਦਾਵਾ ਕਰਨ ਵਾਲੇ ਪੱਤਰਕਾਰ ਜਗਤਾਰ ਸਿੰਘ ਨੂੰ ਪਤਾ ਹੈ ਜੋ ਕਿਤਾਬ ਚਰਚਾ ਵਿੱਚ ਆਈ ਹੈ ਉਸ ਦੇ ਇੱਕ ਪਹਿਲੂ ਤੇ ਆਪਾਂ ਗੱਲ ਕਰ ਲਈ ਹੈ ਬਾਕੀ ਪਹਿਲੂ ਜਦੋਂ ਸਾਹਮਣੇ ਆਉਣਗੇ ਤਾਂ ਆਪਾਂ ਫਿਰ ਚਰਚਾ ਕਰਾਂਗੇ ਇਸ ਦੇ ਨਾਲ ਹੀ ਦਿਪਜੋਤ ਨੂੰ ਦੋ ਇਜਾਜ਼ਤ ਫਿਰ ਕਿਸੇ ਨਵੇਂ ਪੈਨੂ ਨੂੰ ਲੈ ਕੇ ਹਾਜ਼ਰ ਹੋਵਾਂਗੇ ਸਤਿ ਸ਼੍ਰੀ ਅਕਾਲ ਸਬਸਕ੍ਰਾਈਬ ਕਰੋ ਚਰਦਿਕਲਾ ਟਾਈਮ ਟੀਵੀ ਨੂੰ ਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ